ਹੈਲੋ, ਮੇਰਾ ਨਾਂ ਚੌਧਰੀ ਰਜਿੰਦਰ ਨਿੱਜਰ ਹੈਗਾ ਅਤੇ ਮੈਂ ਪੰਡੋਰੀ ਨਿੱਜਰਾਂ ਦਾ ਜੱਟ ਹੈਗਾ ਅਤੇ ਬਾਣੀ ਦੀ ਵਿਆਖਿਆ ਕਰਦਾ ਹੈਗਾ। ਜਿੰਨਾ ਚਿਰ ਤੁਸੀਂ ਬ੍ਰਹਮ ਦੇ ਬੇਟੇ ਨਹੀਂ ਬਣਦੇ, ਉਹਨਾਂ ਚਿਰ ਤੁਹਾਨੂੰ ਜਨਮ ਦੀ ਪਛਾਣ ਨਹੀਂ ਹੁੰਦੀ। ਬ੍ਰਹਮ ਦੇ ਬੇਟੇ ਨੂੰ ਕਹੀਦਾ ਸਨ ਆਫ ਮੈਨ। ਅਤੇ ਜਿਹੜੇ ਗੁਰਦੁਆਰੇ 'ਚ ਕਹਿੰਦੇ ਨਾ ਵੀ ਸਾਡੀ ਕੌਮ ਹੈਗੀ, ਸਿੱਖ ਕੌਮ ਹੈਗੀ, ਉਹ ਆਦਮੀ ਦੇ ਪੁੱਤਰ ਨਹੀਂ ਹੈਗੇ, ਕਿ ਉਹ ਆਦਮੀ ਨਾਲ ਉਹਨਾਂ ਦਾ ਤੁਲਕ ਟੁੱਟ ਜਾਂਦਾ ਹੈਗਾ। ਆਦਮੀ ਦੇ ਹੇਠ ਹੈਗੇ ਰੇਸਿਸ, ਰੇਸੇ ਦੇ ਹੇਠ ਹੈਗੀਆਂ ਟ੍ਰਾਈਬ, ਅਤੇ ਟ੍ਰਾਈਬ ਦੇ ਹੇਠ ਹੈਗੇ ਫਿਰ ਸਭ ਆਪਣੇ ਸਰਨੇਮ ਵਗੈਰਾ। ਅਤੇ ਜੇ ਉਹ ਕਹਿ ਦਿੰਦੇ ਸਿੱਖ ਕੌਮ, ਸਿੱਖ ਤਾਂ ਪੰਥ ਹੈਗਾ, ਕੌਮ ਨਹੀਂ ਹੈਗੀ। ਅਤੇ ਤੁਸੀਂ ਆਪਣਾ ਜਿਹੜਾ ਹੈਗਾ ਨਾ ਕੌਮ, ਉਹਨੂੰ ਭੁਲਾ ਭੁੱਲ ਕੇ ਤਾਂ ਆਪਣੀ ਸਿੱਖ ਕੌਮ ਬਣਾ ਲੈਂਦੇ ਹੈ। ਜਿੱਦਾਂ ਮੇਰੀ ਜੱਟ ਕੌਮ ਹੈਗੀ, ਜੇ ਇਹਨੂੰ ਮੈਂ ਬਦਲ ਕੇ ਤਾਂ ਸਿੱਖ ਕੌਮ ਬਣਾ ਲਵਾਂ, ਕੌਮ ਤਾਂ ਬਦਲੀ ਨਹੀਂ ਜਾਂਦੀ, ਕੌਮ ਦੇ ਤਾਂ ਪੁੱਤਰ ਹੁੰਦੇ ਨੇ, ਅਤੇ ਮੈਂ ਹਰਾਮੀ ਬਣਦਾ। ਹਰਾਮੀ ਬਣਨਾ ਫਿਰ ਮੈਨੂੰ ਸਮਝ ਆਪਣੇ ਪਿਓ ਦੀ ਤਾਂ ਹੈ ਨਹੀਂ, ਅਤੇ ਬਾੜਕੀ ਬਾਣੀ ਦੀ ਕੀ ਸਮਝ ਪਊਗੀ, ਕੁਛ ਨਹੀਂ ਪਏਗੀ। ਇਸ ਕਰਕੇ ਕਹਿੰਦੇ ਬਾਣੀ ਸੁਰਤੀ ਵਾਲਿਆਂ ਲਈ ਹੈਗੀ। ਅਤੇ ਇਹਦੇ 'ਚ ਹੈਗਾ ਹੁਣ ਜੇਸਰੀ ਮਹੱਲਾ ਚੌਥਾ ਘਰ, ਪਹਿਲਾ ਚੁੱਪ ਚੁੱਪ ਦੇ ਹਰ ਏਕਮਕਾਰ ਸਤਿਗੁਰ ਪ੍ਰਸਾਦ ਹੈਗਾ। ਇਹਨੂੰ ਏਕਮਕਾਰ ਨਹੀਂ ਕਹੀਦਾ, ਹਰ ਏਕਮਕਾਰ ਮੇਰੇ ਹਈਅਰ, ਮੇਰੇ ਦਿਲ ਰਤਨ ਨਾਮ ਹਰ ਵਸਿਆ, ਗੁਰ ਹਾਥ ਦਰੀਓ ਮੇਰੇ ਮਾਥਾ। ਇਹ ਜਿਹੜਾ ਹੈਗਾ ਮੇਰੇ ਅਕਾਲ ਪੁਰਖ ਨੇ, ਜਿਹੜਾ ਕਿ ਜਿਹਦੇ ਤੋਂ ਨਾਮ ਮਿਲਦਾ ਹੈਗਾ, ਉਹ ਮੇਰੇ ਹੱਥ 'ਤੇ ਰੱਖਿਆ, ਹੱਥ ਰੱਖਿਆ ਮੱਥੇ 'ਤੇ, ਯਾਨੀ ਕਿ ਮੈਨੂੰ ਸ਼ਾਬਾਸ਼ ਦਿੱਤੀ ਗਈ, ਅਤੇ ਉਹਨੇ ਮੈਨੂੰ ਜਿਹੜਾ ਗੁਰ ਹੈਗਾ ਨਾ, ਢੰਗ ਸਵਾਲ ਕੱਢਣ ਦਾ, ਉਹ ਬਖਸ਼ਿਆ ਹੈਗਾ। ਮੇਰੇ ਹਈਅਰ ਰਤਨ ਨਾਮ ਹਰ ਵਸਿਆ, ਗੁਰ ਹਾਥ ਧਰਿਓ ਮੇਰੇ ਮਾਥਾ। ਜਨਮ ਜਨਮ ਕੇ ਕਿਲ ਬਿਖ ਦੁੱਖ ਉਤਰੇ, ਗੁਰ ਨਾਮ ਦਿਓ ਰਿਨ ਲਾਥਾ। ਜਨਮ ਜਨਮ ਦੇ ਜਿਹੜੇ ਪਾਪ ਹੁੰਦੇ ਪਿਛਲੇ ਕਰਮਾਂ ਦੇ, ਉਹ ਸਭ ਉਤਰ ਜਾਂਦੇ ਨੇ, ਅਤੇ ਇਸ ਕਲਯੁਗ ਵਿੱਚ ਤੁਹਾਨੂੰ ਮੁਕਤੀ ਦਾ ਦਾਨ ਮਿਲਦੀ ਗਈ ਜੇ ਤੁਸੀਂ ਉਹਦਾ ਨਾਮ ਦੜਾਓ ਅਤੇ ਪ੍ਰਚਾਰ ਕਰੋ। ਗੁਰਨਾਮ ਦਿਓ ਰਿਨ ਲਾਥਾ, ਮੇਰੇ ਮਨ ਵਜ ਰਾਮ ਨਾਮ ਸਭ ਅਰਥਾ। ਮੇਰੇ ਮਨ ਰਾਮ ਦਾ ਨਾਮ ਲੈ, ਇਹੋ ਇਹੋ ਹੀ ਅਰਥਾ ਹੈਗਾ ਤੇਰਾ, ਇਹੋ ਹੀ ਕੰਮ ਦਊਗਾ ਤੇਰੇ। ਗੁਰਪੂਰੇ, ਗੁਰਪੂਰਾ ਹੁੰਦਾ ਹੈਗਾ ਸਤਿਗੁਰੂ, ਹਰ ਨਾਮ ਜੜਾਇਆ ਬਿਨ ਨਾਵੇ ਜੀਵਨ ਬਰਥਾ ਬਿਰਥਾ। ਅਤੇ ਜਿਹੜਾ ਸਤਿਗੁਰੂ ਹੈਗਾ ਤੁਹਾਡੇ ਅੰਦਰ ਬੈਠਾ ਹੈਗਾ, ਕਿ ਜਿਹੜਾ ਸਰੀਰ ਹੈਗਾ ਇਹ ਹਰਿਮੰਦਰ ਹੈਗਾ, ਹਰਿਮੰਦਰ ਦੇ ਅੰਦਰ ਜਿਹੜਾ ਬਹਿੰਦਾ ਹੈਗਾ ਉਹ ਸਤਿਗੁਰੂ ਹੁੰਦਾ। ਜਿਹੜਾ ਇੱਟਾਂ ਦੇ ਮੰਦਰ ਵਿੱਚ ਬੈਠਾ ਹੁੰਦਾ ਉਹ ਹੁੰਦਾ ਬ੍ਰਹਮਣ ਗੁਰੂ ਰਹਾਓ। ਬਿਨ ਗੁਰ ਮੂੜ ਭੈ
ਹੈ ਮਨਮੁਖ ਗੁਰ ਮੇਰਾ ਢੰਗ। ਕਹੀਦਾ ਨਾ ਇਸ ਸਵਾਲ ਦਾ ਗੁਰ ਕੀ ਹੈਗਾ, ਕੱਢਣ ਦਾ ਢੰਗ ਕੀ ਹੈਗਾ, ਜਿਹਦੇ ਜਿਹੜੇ ਹੈਗੇ ਨਾ ਮਨਮੁਖ, ਉਹ ਉਹਨਾਂ ਨੂੰ ਇਹ ਢੰਗ ਨਹੀਂ ਆਉਂਦਾ, ਉਹ ਆਪਣੇ ਪੈਸੇ ਮਗਰ ਹੀ, ਪੈਸਿਆਂ ਦਾ ਢੰਗ ਆਉਂਦਾ ਉਹਨਾਂ ਨੂੰ, ਵੀ ਲੁੱਟਣਾ ਕਿੱਦਾਂ ਹੈਗਾ, ਬਣਾਉਣਾ ਕਿੱਦਾਂ ਹੈਗਾ ਹੋਰ, ਅਤੇ ਉਹਨਾਂ ਨੂੰ ਫਿਰ ਅਕਾਲ ਪੁਰਖ ਇਹ ਗੁਰ ਨਹੀਂ ਦਿੰਦਾ ਹੈਗਾ। ਬਿਨ ਗੁਰ ਮੂਡ, ਮੂਡ ਮੇਰਾ ਮੂਰਖ, ਭੈ ਹੈ ਮਨਮੁਖ, ਫਿਰ ਮਨਮੁਖ ਬਣ ਜਾਂਦਾ ਜਿਹੜਾ ਸੁਰਤੀ ਵਾਲਾ ਹੁੰਦਾ, ਅਤੇ ਮੋਹ ਮਾਇਆ ਨਿਤ ਪਾਥਾ, ਮਾਇਆ ਦਾ ਮੋਹ ਹੋ ਜਾਂਦਾ ਹੈਗਾ, ਉਹਦੇ 'ਚ ਹੀ ਦੌੜ ਕਰਦਾ ਰਹਿੰਦਾ ਵੀ ਕਿੰਨੀ ਵਧਾ ਲਈ ਅੱਜ, ਕਿੰਨਾ ਲੁੱਟ, ਅੱਜ ਕਿੰਨਾ ਫਾਇਦਾ ਹੋਇਆ, ਅੱਜ ਨੁਕਸਾਨ ਕਿੰਨਾ ਹੋਇਆ, ਇਹਨਾਂ ਦੇ 'ਚ ਫਿਰ ਉਹ ਫਸ ਜਾਂਦਾ ਹੈਗਾ। ਤਿੰਨ ਸਾਧੂ ਚਰਨਾ ਸੇਵੇ ਕਬੂ, ਉਹਨਾਂ ਨੇ ਕਦੀ ਸਾਧੂ ਦੀ ਸੇਵਾ ਨਹੀਂ ਕੀਤੀ, ਜਾਂ ਉਹਦਾ ਨਾਮ ਨਹੀਂ ਸੁਣਿਆ, ਉਹਦੇ ਤੋਂ ਕਥਾ ਨਹੀਂ ਸੁਣੀ। ਤਿੰਨ ਸਫਲੋ ਜਨਮ ਸਨਾਥਾ, ਸੋਰੀ, ਤਿੰਨ ਸਾਧੂ ਚਰਨਾ ਸੇਵੇ ਕਬੂ, ਤਿੰਨ ਸਭ ਜਨਮ ਅਕਾਥਾ, ਵੀ ਉਹ ਕੋਈ ਅਰਥ ਨਹੀਂ ਲੱਗਦਾ ਜਨਮ। ਜਿਨ ਸਾਧੂ ਚਰਨ ਸਾਧ ਪੱਗ ਸੇਵੇ, ਤਿੰਨ ਸਫਲਿਓ ਜਨਮ ਸਨਾਥਾ, ਜਿਹੜੇ ਸਾਧੂ ਦੇ ਆਪਣੇ ਸੁਣਦੇ ਕੀਰਤਨ ਵਗੈਰਾ ਕਥਾ ਸੁਣਦੇ ਨੇ, ਉਹਨਾਂ ਨੇ ਆਪਣਾ ਜਨਮ ਸਵਾਰ ਲਿਆ ਹੈਗਾ। ਮੈਂ ਕੋ ਕੀਜੇ ਦਾਸੋ ਦਾਸ, ਦਾਸਨ ਕੋ ਹਰ ਦਇਆ ਧਾਰੇ ਜਗਨਨਾਥਾ, ਯਾਨੀ ਕਿ ਜੇ ਸਿੱਖਣਾ ਹੈਗਾ ਤਾਂ ਸਾਰਿਆਂ ਨੂੰ ਨੀਵਾਂ ਬਣ ਕੇ ਸਿੱਖ, ਦਾਸਾਂ ਦਾ ਦਾਸ, ਅਤੇ ਕੋ ਹਰ ਦੀਆ ਧਾਰੇ ਜਗਨਨਾਥਾ, ਫਿਰ ਤੁਹਾਨੂੰ ਜਗਨਨਾਥ ਦਾ ਜਿਹੜਾ ਹੈਗਾ, ਦੁਨੀਆ ਦਾ ਜਿਹੜਾ ਨਾਥ ਹੈਗਾ, ਉਹਦੀ ਤੁਹਾਨੂੰ ਦਇਆ ਹੋ ਜਾਂਦੀ ਹੈਗੀ। ਹਮ ਅੰਦੁਲੇ ਅਗਿਆਨਹੀਨ, ਇਸ ਸਾਨੂੰ ਤਾਂ ਗਿਆਨ ਕੁਛ ਨਹੀਂ ਹੈਗਾ, ਜੇ ਕਹੇ ਨਾ ਵੀ ਮੈਨੂੰ ਗਿਆਨ ਹੈਗਾ, ਤਾਂ ਉਹ ਫਿਰ ਕਹਿੰਦਾ ਵੀ ਤੂੰ ਹੋਰ ਕੀ ਲੈਣਾ, ਫਿਰ ਜੇ ਊਨਾ ਹੋਊਗਾ ਤਦੇ ਭਰੂ, ਕੋਈ ਭਰੂਗਾ, ਜੇ ਹੈ ਹੀ ਭਰਿਆ ਹੋਇਆ ਤਾਂ ਉਹਨੂੰ ਭਰੂਗਾ ਹੋਰ ਕਿਉਂ। ਇਸ ਕਰਕੇ ਨਾ ਹਮੇਸ਼ਾ ਕਹੋ ਵੀ ਸਾਇੰਸ ਦੇ ਸਾਨੂੰ ਤਾਂ ਕੁਛ ਨਹੀਂ ਗਿਆਨ ਹੈਗਾ, ਹਮ ਅੰਦੁਲੇ ਗਿਆਨਹੀਨ, ਗਿਆਨ ਦਾ ਸਾਨੂੰ ਕੁਛ ਨਹੀਂ ਖਿਆਲ ਹੈਗਾ, ਅਗਿਆਨੀ ਕਿਉਂ ਚਾਲੇ ਮਾਰਗ ਪੰਥਾ, ਅਸੀਂ ਸਾਨੂੰ ਤਾਂ ਕੁਛ ਹੈ ਨਹੀਂ ਗਾ, ਅਕਾਲ ਪੁਰਖ ਸਾਡੀ ਦਇਆ ਕਰ ਅਤੇ ਸਾਨੂੰ ਕੁਛ ਦੇ, ਸਿੱਖ ਸਿਕਸ਼ਾ ਦੇ। ਹਮ ਅੰਦੁਲੇ ਕੋ ਗੁਰ ਅੰਚਲ ਦੀਜੇ, ਜਨ ਨਾਨਕ ਚਉ ਮਲੰਥਾ, ਹਮ ਅੰਧੇ ਹੈਗੇ ਹਾਂ, ਸਾਨੂੰ ਗੁਰ ਦੇ ਦੇ, ਸਾਨੂੰ ਢੰਗ ਦੇ ਦੇ ਸੁਰਤੀ ਨਾਲ, ਅਸੀਂ ਫਿਰ ਅੰਚਲ ਦੀਜੇ, ਜਿਹੜਾ ਕਿ ਸਦਾ ਹੀ ਰਹਿਣ ਵਾਲਾ ਹੈਗਾ, ਨਾਨਕ ਚਲੇ ਮਲੰਥਾ, ਫਿਰ ਉਹ ਜਿਹੜਾ ਹੈਗਾ, ਜਿਹੜਾ ਉਹਦੀ ਪੰਥ ਦਾ ਜਿਹੜਾ ਹੈਗਾ, ਸਿੱਖ ਪੰਥ ਦਾ ਜਿਹੜਾ ਮਾਰਗ ਹੈਗਾ, ਉਹ ਤੁਹਾਨੂੰ ਮਿਲ ਜਾਂਦਾ ਹੈਗਾ, ਮਲੰਥਾ ਮਿਲ ਜਾਂਦਾ ਹੈਗਾ, ਯਾਨੀ ਕਿ ਤੁਸੀਂ ਸਿੱਖ ਪੰਥ ਦੇ ਚੱਲਦੇ ਹੈ, ਤੁਸੀਂ ਹੋਰ ਨਹੀਂ ਕਿਸੇ ਦੇ ਚੱਲਦੇ, ਅਤੇ ਇਸ ਕਰਕੇ ਸਿੱਖ ਦਾ ਹੁੰਦਾ ਧਰਮ ਸਿੱਖਣਾ, ਅਤੇ ਫਿਰ ਉਸ ਪੰਥ 'ਤੇ ਰਹਿਣਾ,
ਤੇ ਸਿੱਖ ਦਾ ਜਿਹੜਾ ਪੂਰੀ ਸਿੱਖ ਤਦੇ ਆਊਗੀ ਜੇ ਅੰਦਰ ਸਤਿਗੁਰੂ ਹੋਏਗਾ। ਬਿਨ ਸਤਿਗੁਰੂ ਕੁਛ ਨਹੀਂ ਸਿੱਖ ਸਕਦਾ ਆਦਮੀ, ਤੇ ਉਹ ਫਿਰ ਅਕਾਲ ਪੁਰਖ ਦੀ ਦਇਆ ਨਾਲ ਮਿਲਦਾ ਹੈਗਾ ਜਿਹੜਾ ਸਤਿਗੁਰੂ ਹੈਗਾ।